بسم اللہ الرحمن الرحیم. السلام علیکم دوستو. آئی بی ایس ایگری فارم تو میں عثمان الحق اج ایک نئی ویڈیو دے نال حاضر ہاں. اج تانوں ایک ٹرالا دکھان لگے ہیں جی. مکئی دی شیلنگ کر کے تے ٹرالا ساڈا فارم تو مکئی لے کے منڈی آیا ہے تے ہن ایتھے اسی انو انلوڈ کرن لگے ہیں. چیک سسٹم اینو لگا ہویا ٹرالے نو. 19 فٹ دا ٹرالا ہے تے اے دی انلوڈنگ تانوں دکھاواں گے. ਅਤੇ ਆਮ ਤੌਰ 'ਤੇ ਤੁਹਾਨੂੰ 18 ਫੁੱਟ ਦੇ ਜਾਂ 16 ਫੁੱਟ ਦੇ ਟਰਾਲੇ ਅੱਜ ਕੱਲ੍ਹ ਫਾਰਮ 'ਤੇ ਜਿਹੜੇ ਨੇ ਆਮ ਯੂਜ਼ਲੀ ਨਜ਼ਰ ਆਉਂਦੇ ਨੇ. ਇਹ 19 ਫੁੱਟ ਦਾ ਟਰਾਲਾ ਹੈ. 500 ਮਣ ਮੱਕੀ ਕੰਪਿਊਟਰ ਕੰਡੇ ਦਾ ਵਜ਼ਨ ਇਹਦੇ ਵਿੱਚ ਅਸੀਂ ਪਾਈ ਹੈ. 50 ਤੋਂ 60 ਮਣ ਤੁਸੀਂ ਹੋਰ ਮਜ਼ੀਦ ਵਿੱਚ ਪਾ ਸਕਦੇ ਹੋ ਉੱਪਰ ਬੋਰੇ ਲਗਾ ਕੇ, ਲੇਕਿਨ ਅਸੀਂ 500 ਮਣ ਹੀ ਇਹਦੇ ਵਿੱਚ ਪਾਇਆ. 85 ਟਰੈਕਟਰ ਦੇ ਨਾਲ ਦੇਖੋ ਜ਼ਬਰਦਸਤ, ਬਹੁਤ ਹੀ ਆਸਾਨੀ ਦੇ ਨਾਲ ਟਰੈਕਟਰ ਇਹਨੂੰ ਕੋਈ ਮੁਸ਼ਕਲ ਨਹੀਂ ਹੋ ਰਹੀ ਟਰਾਲੇ ਨੂੰ ਜਾਂ ਟਰੈਕਟਰ ਨੂੰ. ਇਹ ਅਨਲੋਡ ਹੋ ਗਿਆ. ਜਿਸ ਤਰ੍ਹਾਂ ਕਿ ਅੱਜ ਕੱਲ੍ਹ ਸੀਜ਼ਨ ਹੈ ਮਕਈ ਦਾ ਅਤੇ ਰਸ਼ ਦੀ ਵਜ੍ਹਾ ਨਾਲ ਮਕਈ ਅਨਲੋਡ ਨਹੀਂ ਹੁੰਦੀ, ਫਾਰਮਰ ਹਜ਼ਰਾਤ ਵਾਸਤੇ ਬਹੁਤ ਅੱਛੀ ਚੀਜ਼ ਆ. 2 ਤੋਂ 3 ਮਿੰਟ ਦੇ ਵਿੱਚ ਸਾਡਾ ਟਰਾਲਾ ਜਿਹੜਾ ਉਹ ਅਨਲੋਡ ਹੋ ਜਾਂਦਾ. ਅਤੇ ਇਸ ਚੀਜ਼ ਨੂੰ ਅਡੋਪਟ ਕਰਨਾ ਚਾਹੀਦਾ, ਇਸ ਤਰਫ ਆਉਣਾ ਚਾਹੀਦਾ. ਦੋਸਤ ਆ ਵੀ ਰਹੇ ਨੇ, ਬਹੁਤ ਸਾਰੇ ਦੋਸਤਾਂ ਨੇ ਅੱਜ ਕੱਲ੍ਹ ਬਣਵਾਉਣੇ ਸ਼ੁਰੂ ਕੀਤੇ ਹੋਏ ਨੇ. ਅਤੇ ਇਹ ਜਾਵੇਦ ਜ਼ਰਾਈ ਇੰਡਸਟਰੀਜ਼ ਯੂਸਫ ਵਾਲਾ ਦਾ ਬਣਿਆ ਹੋਇਆ. ਜਾਵੇਦ ਸਾਹਿਬ ਦਾ ਨੰਬਰ ਮੈਂ ਡਿਸਕ੍ਰਿਪਸ਼ਨ 'ਚ ਸ਼ੇਅਰ ਕਰ ਦਿਆਂਗਾ ਦੋਸਤਾਂ ਦੇ ਨਾਲ. ਮੇਰੇ ਤੋਂ ਅਗਰ ਕਿਸੇ ਵੀ ਕਿਸਮ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਵੀਡੀਓ ਦੇ ਐਂਡ 'ਤੇ ਮੇਰਾ ਨੰਬਰ ਵੀ ਆ ਰਿਹਾ, ਤੁਸੀਂ ਉਹ ਵੀ ਮੇਰੇ ਨਾਲ ਵੀ ਰਾਬਤਾ ਕਰ ਸਕਦੇ ਹਾਂ. ਅਤੇ ਤਮਾਮ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ. ਅੱਲਾਹ ਹਾਫਿਜ਼.